ਸਭ ਤੋਂ ਬੈਸਟ ਚੀਜ਼ ਕੀ ਲੱਗੀ ਚੁੜੇਲ ਤੁਹਾਡੇ ਦਿਲ ਦੇ ਅਲਫਾਜ਼ ਉਸ ਟਾਈਮ ਕੀ ਸੀਗੇ ਜਦੋਂ ਜਿਸਮ ਦੇ ਰੂਹ ਦਾ ਇੰਨੇ ਬਿਹਤਰੀਨ ਤਰੀਕੇ ਨਾਲ ਇੱਕ ਲਿਖਾਰੀ ਨੇ ਯੂਜ਼ ਕੀਤਾ ਇਹ ਮੈਨੂੰ ਜਦੋਂ ਕੰਸੈਪਟ ਸੁਣਾਇਆ ਗਿਆ ਨਾ ਮੈਨੂੰ ਲੱਗਿਆ ਯਾਰ ਵੀ ਇੱਦਾਂ ਕਿਉਂ ਨਹੀਂ ਹੋ ਸਕਦਾ ਰੱਬ ਨੂੰ ਸਵਾਲ ਪੁੱਛਣਾ ਚਾਹੀਦਾ ਵੀ ਇੱਦਾਂ ਕਿਉਂ ਨਹੀਂ ਹੋ ਸਕਦਾ ਵੀ ਮਰਨ ਤੋਂ ਬਾਅਦ ਬੰਦੇ ਦੀ ਕੋਈ ਚੀਜ਼ ਸਾਡੇ ਨਾਲ ਰਹਿ ਜੇ ਰੂਹ ਨਾਲ ਰਹਿ ਜੇ ਅਤੇ ਮੈਂ ਉਹ ਲਿਖਣ ਲੱਗਿਆ ਸੀਗਾ ਉਸ ਪਰ ਲਿਖਦਾ 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 ਮੈਂ ਕਿਤੇ ਹੋਰ ਰੱਬ ਤੋਂ ਜ਼ਿਆਦਾ ਸਵਾਲ ਕਰ ਬੈਠਾ ਹੁਣ ਦੇਖੋ ਕੀ ਬਣਦਾ ਮਤਲਬ ਜਦ ਫਿਲਮ ਪੂਰੀ ਬੰਨੀ ਹੋਈ ਆ ਤੁਸੀਂ ਦੇਖੋਗੇ ਸਾਰੀ ਟੀਮ ਦਾ ਹਾਰਡ ਵਰਕ ਦਿਖਦਾ ਈਵਨ VFX ਈਵਨ ਗ੍ਰੇਡ ਸਾਰਾ ਕੁਝ ਬਹੁਤ ਸੋਹਣਾ ਆਮ ਆਲਵੇਸ ਪ੍ਰਾਊਡ ਸੀਇੰਗ ਸਰਗੁਣ ਔਨ ਦ ਸਕਰੀਨ ਆਫ ਦ ਸਕਰੀਨ ਐਜ਼ ਅ ਕ੍ਰੀਏਟਰ ਐਜ਼ ਅ ਪ੍ਰੋਡਿਊਸਰ ਐਜ਼ ਅ ਐਕਟਰ ਇਨ ਐਵਰੀ ਵੇ ਹੈਲੋ ਜੀ ਸਤਿ ਸ਼੍ਰੀ ਅਕਾਲ ਦੇਖੋ ਸਰਗੁਣ ਨੇ ਖੁਦ ਹੀ ਐਕਸਪੈਰੀਮੈਂਟ ਕੀਤਾ ਹੋਇਆ ਤੇ ਉਹਨੇ ਹਰ ਤਰ੍ਹਾਂ ਦੇ ਕਰੈਕਟਰ ਕਰਨੇ ਆ ਤੇ ਬਾਖੂਬੀ ਉਹ ਹਰ ਕਰੈਕਟਰ ਨਿਭਾਉਂਦੀ ਆ ਤੇ ਬਹੁਤ ਵਧੀਆ ਲੱਗੀ ਫਿਲਮ ਸਾਰੀ ਤੁਸੀਂ ਇੰਜੋਏ ਕੀਤੀ ਹਾਂਜੀ ਬਹੁਤ ਸਭ ਤੋਂ ਬੈਸਟ ਚੀਜ਼ ਕੀ ਲੱਗੀ ਫਿਲਮ ਚੁੜੇਲ ਤਾਂ ਹੈ ਹੀ ਸਰਗੁਣ ਜੀ ਨੂੰ ਐਕਸੈਪਟ ਕਰ ਲਿਆ ਸੀਗਾ ਕਿ ਯਾਰ ਚੁੜੇਲ ਦੇ ਕਰੈਕਟਰ ਨਹੀਂ ਦੇਖੋ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਮੈਨੂੰ ਐਕਟਰ ਬਹੁਤ ਘੈਂਟ ਲੱਗਦਾ ਹੈ ਨਾ ਔਰ ਵੈਸੇ ਵੀ ਇਹ ਫਿਲਮ ਹੈ ਜਿਹੜੀ ਵੀ ਇੱਕ ਰੂਹ ਅਤੇ ਜਿਸਮ ਦੇ ਦੋਨਾਂ ਦੀ ਇੱਕ ਗੱਲ ਹੈ ਨਾ ਅਸੀਂ ਇੱਕ ਵਾਰ ਪੁੱਛ ਲਈਏ ਕਿਉਂਕਿ ਨਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਫਿਲਮ 'ਤੇ ਪੈਸਾ ਲਾਉਣਾ ਐਂਡ ਜਾਨੀ ਵੀਰ ਦੀ ਪਹਿਲੀ ਫਿਲਮ ਜਿਸ 'ਚ ਪੈਸਾ ਲਾਇਆ ਆ ਮਨ ਨੂੰ ਬੜੀ ਖੁਸ਼ੀ ਹੈ ਜਾਨੀ ਹਾਂ ਨਹੀਂ ਪੈਸਾ ਲਾਉਣਾ ਨਹੀਂ ਅਸੀਂ ਪਹਿਲੀ ਫਿਲਮ ਬਣਾਈ ਆ ਅਤੇ ਪਹਿਲਾਂ ਤਾਂ ਸਾਰੇ ਜਣਿਆਂ ਦਾ ਥੈਂਕ ਯੂ ਇੱਥੇ ਆਏ ਫਿਲਮ ਦੇਖਣ ਲਈ ਬਾਈ ਹੋਣਾਂ ਦਾ ਸਪੈਸ਼ਲੀ ਥੈਂਕ ਯੂ ਐਡੇ ਵੱਡੇ ਆਰਟਿਸਟ ਨੇ ਅਤੇ ਕੋਸ਼ਿਸ਼ ਕੀਤੀ ਹੈ ਪਹਿਲੀ ਫਿਲਮ ਬਣਾਉਣ ਦੀ ਯਾਰ ਹੁਣ ਪਤਾ ਨਹੀਂ ਕਿੰਨੇ ਪਾਸ ਆ ਕਿੰਨੇ ਫੇਲ ਆ ਸੱਚੀ ਸੱਚੀ ਗੱਲ ਦੱਸੋ ਇੰਨਾ ਸੋਹਣਾ ਮੁੰਡਾ ਅਤੇ ਸਰਗੁਣ ਜੀ ਨੂੰ ਚੁੜੇਲ ਬਣਾ ਕੇ ਦਿਲ 'ਚ ਆਇਆ ਸੀਗਾ ਕਿ ਯਾਰ ਇੰਨੀ ਸੋਹਣੀ ਕੁੜੀ ਨੂੰ ਮੈਂ ਚੁੜੇਲ ਬਣਾ ਰਿਹਾ ਕੁਝ ਲਾਇਆ ਯਾਰ ਹੁਣ ਉਹਨਾਂ ਨੂੰ ਪਤਾ ਮੈਨੂੰ ਤਾਂ ਇਹ ਪਤਾ ਲੱਗਦਾ ਰਿਹਾ ਵੀ ਪੈਸੇ ਹੁਣ ਨਿਕਲ ਗਏ ਹੁਣ ਆ ਗਏ ਹੁਣ ਨਿਕਲ ਗਏ ਹੁਣ ਆ ਗਏ ਉਹਨਾਂ ਦੇ ਜਾਣਨ ਅਸੀਂ ਕੋਸ਼ਿਸ਼ ਕੀਤੀ ਯਾਰ ਇੱਕ ਫਿਲਮ ਬਣਾਉਣ ਦੀ ਹੋਪਫੁਲੀ ਸਾਰਿਆਂ ਨੂੰ ਪਸੰਦ ਆਵੇ ਫੈਮਿਲੀ ਫਿਲਮ ਹੈ ਬਾਕੀ ਰੱਬ ਦੀਆਂ ਗੱਲਾਂ ਨੇ ਜਿਸਮ ਦੇ ਰੂਹ ਦੀ ਗੱਲ ਕੀਤੀ ਹੈ ਇਸ ਫਿਲਮ 'ਚ ਮੇਰੇ ਖਿਆਲ ਤੋਂ ਜਿਹੜਾ ਲਿਖਾਰੀ ਹੁੰਦਾ ਨਾ ਜਿਸਮ ਦੇ ਰੂਹ ਦੇ ਮੈਨੂੰ ਬੜਾ ਬਰੀਕੀ ਤਰੀਕੇ ਨਾਲ ਸਮਝ ਆਇਆ ਤੁਹਾਡੇ ਦਿਲ ਦੇ ਅਲਫਾਜ਼ ਉਸ ਟਾਈਮ ਕੀ ਸੀਗੇ ਜਦੋਂ ਜਿਸਮ ਦੇ ਰੂਹ ਦਾ ਇੰਨੇ ਬਿਹਤਰੀਨ ਤਰੀਕੇ ਨਾਲ ਇੱਕ ਲਿਖਾਰੀ ਨੇ ਯੂਜ਼ ਕੀਤਾ ਮੈਨੂੰ ਜਦੋਂ ਕੰਸੈਪਟ ਸੁਣਾਇਆ ਗਿਆ ਨਾ ਮੈਨੂੰ ਲੱਗਿਆ ਯਾਰ ਵੀ ਇੱਦਾਂ ਕਿਉਂ ਨਹੀਂ ਹੋ ਸਕਦਾ ਰੱਬ ਨੂੰ ਸਵਾਲ ਪੁੱਛਣਾ ਚਾਹੀਦਾ ਵੀ ਇੱਦਾਂ ਕਿਉਂ ਨਹੀਂ ਹੋ ਸਕਦਾ ਵੀ ਮਰਨ ਤੋਂ ਬਾਅਦ ਬੰਦੇ ਦੀ ਕੋਈ ਚੀਜ਼ ਸਾਡੇ ਨਾਲ ਰਹਿ ਜੇ ਰੂਹ ਨਾਲ ਰਹਿ ਜੇ ਅਤੇ ਮੈਂ ਉਹ ਲਿਖਣ ਲੱਗਿਆ ਸੀਗਾ ਉਸ ਪਰ ਲਿਖਦਾ 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 ਮੈਂ ਕਿਤੇ ਹੋਰ ਰੱਬ ਤੋਂ ਜ਼ਿਆਦਾ ਸਵਾਲ ਕਰ ਬੈਠਾ ਹੁਣ ਦੇਖੋ ਕੀ ਬਣਦਾ ਸਭ ਤੋਂ ਵੱਡੀ ਗੱਲ ਇਹ ਵੀ ਹੁੰਦੀ ਹੈ ਕਿ ਜਿਵੇਂ ਗਿੱਪੀ ਭਾਈ ਦੇ ਸਾਰੇ ਹੀ ਇੰਡਸਟਰੀ ਬੜੀ ਕਲੋਜ਼ ਆ ਪੰਮਾ ਵੀਰਾ ਹੋ ਗਏ ਸਾਨੀ ਭਾਈ ਸਾਡੀ ਇੰਡਸਟਰੀ ਦਾ ਬਹੁਤ ਵੱਡਾ ਪਾਰਟ ਨੇ ਬੜਾ ਚੰਗਾ ਲੱਗਦਾ ਇਹ ਦੇਖ ਕੇ ਕਿ ਜਦੋਂ ਇੱਦਾਂ ਦੀ ਫਿਲਮਾਂ ਨੂੰ ਯੂਨਿਟੀ ਦੇ ਨਾਲ ਨਾਲ ਹਰ ਫਿਲਮ 'ਚ ਯੂਨੋ ਸਪੋਰਟ ਮਿਲਦੀ ਆ ਸਾਨੀ ਵੀਰੇ ਅਤੇ ਪੰਮਾ ਵੀ ਬਹੁਤ ਵੱਡਾ ਐਗਜ਼ਾਮਪਲ ਨੇ ਤੁਸੀਂ ਕਹਿਣਾ ਚਾਹੋਗੇ ਅਸੀਂ ਯਾਰ ਅਸੀਂ ਹੈਪੀ ਹਾਂ ਇਸ ਫਿਲਮ ਦਾ ਪਾਰਟ ਬਣ ਕੇ ਸਾਨੂੰ ਲੱਗਦਾ ਕਿ ਅਗੇਨ ਇੱਕ ਨਵਾਂ ਜੋਨਰ ਨਵੀਆਂ ਚੀਜ਼ਾਂ ਔਰ ਨਵੇਂ ਪ੍ਰੋਡਕਸ਼ਨ ਹਾਊਸ ਹੈ ਨਾ ਸੋ ਆ ਕੇ ਮੈਨੂੰ ਲੱਗਦਾ ਕਿ ਆਡੀਅੰਸ ਨੂੰ ਜਦੋਂ ਆਪਾਂ ਕੱਲ੍ਹ ਸਿਨੇਮਾ 'ਚ ਦੇਖਾਂਗੇ ਨਾ ਤੋ ਐਵਰੀਵਨ ਵਿਲ ਬੀ ਫੀਲ ਪ੍ਰਾਊਡ ਐਂਡ ਫੀਲ ਹੈਪੀ ਸਰਗੁਣ ਨੇ ਇੰਨਾ ਸੋਹਣਾ ਐਕਟ ਕੀਤਾ ਅਤੇ ਗਿੱਪੀ ਭਾਈ ਨੇ ਸਾਰੀ ਟੀਮ ਨੇ ਮਤਲਬ ਜਦ ਫਿਲਮ ਪੂਰੀ ਬੰਨੀ ਹੋਈ ਆ ਤੁਸੀਂ ਦੇਖੋਗੇ ਸਾਰੀ ਟੀਮ ਦਾ ਹਾਰਡ ਵਰਕ ਦਿਖਦਾ ਈਵਨ VFX ਈਵਨ ਗ੍ਰੇਡ ਸਾਰਾ ਕੁਝ ਬਹੁਤ ਸੋਹਣਾ ਅਤੇ ਸਾਰੀ ਜਨਤਾ ਨੂੰ ਬਹੁਤ ਪਸੰਦ ਕਰ ਲਿਆ ਸੀਗਾ ਸਰਗੁਣ ਨੂੰ ਚੁੜੇਲ ਦੇ ਰੂਪ 'ਚ
ਸਾਡੇ ਤੋਂ ਤਾਂ ਨਹੀਂ ਹੋਈ, ਆਪਾਂ ਸ਼ਰੇਆਮ ਕਹਿ ਰਹੇ ਹਾਂ ਨਹੀਂ, ਪਰ ਜੇ ਇੰਨੀਆਂ ਸੋਹਣੀਆਂ ਚੜੇਲਾਂ ਹੁੰਦੀਆਂ ਤਾਂ ਵਧੀਆ ਗੱਲ ਹੈ। ਸੋ ਫਾਈਨਲੀ ਦੇਸੀ ਮੈਲੇਡੀਜ਼ ਦੀ ਟੀਮ ਦਾ ਬੰਦਾ ਜਿਹੜਾ ਕਿ ਇਸ ਟਾਈਮ ਬੜਾ ਸਪੈਸ਼ਲੀ ਟ੍ਰੇਨਿੰਗ 'ਚ ਹੈ ਐਂਡ ਸਾਨੂੰ ਸਾਰਿਆਂ ਨੂੰ ਬੜਾ ਵਧੀਆ ਲੱਗਦਾ। ਰੁਮਾਣਾ ਮੇਰੇ ਨਾਲ ਹੈ, ਮੇਰੇ ਕੀ ਹਾਲ ਹੈ ਮੇਰੇ? ਬਹੁਤ ਵਧੀਆ ਵੀਰੇ, ਬਹੁਤ ਵਧੀਆ। ਐਂਡ ਰੁਮਾਣਾ ਵੀਰੇ, ਇਸ ਚੀਜ਼ ਦੀ ਬੜੀ ਸਭ ਤੋਂ ਵੱਡੀ ਖੁਸ਼ੀ ਹੈ ਕਿ ਡ੍ਰੀਮ ਹੀ ਹੈ ਤਾਂ ਦੇਸੀ ਮੈਲੇਡੀਜ਼ ਦੇ ਵੱਲੋਂ ਪ੍ਰੋਡਕਸ਼ਨ ਹਾਊਸ ਉਹਨਾਂ ਦਾ ਇੰਨਾ ਵੱਡਾ ਓਪਨ ਹੋਇਆ ਐਂਡ ਸਪੈਸ਼ਲੀ ਪ੍ਰੋਡਿਊਸ ਕੀਤੀ ਆ ਫਿਲਮ ਐਂਡ ਟੀਮ ਸਪੋਰਟ ਕਰਨ ਆਈ ਆ। ਤੁਹਾਨੂੰ ਪਹਿਲਾਂ ਇਸ ਫਿਲਮ ਕਿਵੇਂ ਦੀ ਲੱਗੀ? ਵੀਰੇ ਬਹੁਤ ਵਧੀਆ ਲੱਗੀ ਫਿਲਮ। ਅਸੀਂ ਪਹਿਲਾਂ ਉੱਧਰ ਰਫ ਕੱਟ ਦੇਖੇ ਹੋਏ ਸੀ, ਹੈ ਨਾ, ਬਟ ਪੂਰੀ ਫਿਲਮ ਅਸੀਂ ਕੱਲ੍ਹ ਦੇਖੀ ਹੈ, ਹੈ ਨਾ, ਕਿ ਬੰਬੇ ਕੱਲ੍ਹ ਪ੍ਰੀਮੀਅਰ ਸੀਗਾ। ਮਤਲਬ ਬੜੇ ਟਾਈਮ ਬਾਅਦ ਇੱਦਾਂ, ਦੇਖੋ ਐਂ ਨਹੀਂ ਕਿ ਆਪਦੀ ਫਿਲਮ, ਮੈਂ ਆਪਦੇ ਪ੍ਰੋਡਕਸ਼ਨ ਹਾਊਸ ਤੋਂ ਹੈ, ਬਟ ਬਹੁਤ ਪਿਆਰੀ ਮੂਵੀ ਬਣੀ ਹੈ, ਹਿਊਮਰ ਬਹੁਤ ਵਧੀਆ ਹੈਗਾ, ਜੋਕ ਸਾਰਾ ਕੁਝ ਅਪ ਟੂ ਦਾ ਮਾਰਕ ਹੈ, ਅਤੇ ਬਾਕੀ ਹੁਣ ਆਡੀਅੰਸ ਦੇ ਹੱਥ ਹੈ ਸਾਰਾ। ਦੇਖੋ ਆਹ ਸਾਡੀ ਟੀਮ ਦੀ ਪੂਰੀ ਮਿਹਨਤ ਹੋ ਚੁੱਕੀ ਹੈ। ਇੱਕ ਚੀਜ਼ ਦੇ ਨਾ ਬੜੀ ਜ਼ਿਆਦਾ ਮਨ ਤੋਂ ਖੁਸ਼ੀ ਹੁੰਦੀ ਆ ਕਿ ਸਾਡੇ ਪੰਜਾਬ ਦਾ ਇੱਕ ਐਸਾ ਡਾਇਰੈਕਟਰ ਆ ਜਿਹਦੇ ਗਾਣਿਆਂ 'ਚ ਜਿਹੜਾ ਕਿ ਹਰ ਇੱਕ ਆਰਟਿਸਟ ਚਾਹੁੰਦਾ ਆ ਕਿ ਅਸੀਂ ਇਹਦੇ ਕੈਮਰੇ ਦਾ ਹਿੱਸਾ ਬਣੀਏ। ਬੜੇ ਵੱਡੇ ਵੱਡੇ ਕਲਾਕਾਰਾਂ ਨੂੰ ਆਪਣੇ ਕੈਮਰੇ ਤੁਸੀਂ ਕੈਪਚਰ ਕੀਤਾ ਆ, ਅੱਜ ਇੰਡਸਟਰੀ ਉਸੇ ਡੰਕੇ ਦੀ ਚੋੜ 'ਤੇ ਆ ਕੇ ਇੱਕ ਡਾਇਰੈਕਟਰ ਦਾ ਸਾਥ ਦੇਣ ਖੜੀ ਆ, ਇਹ ਫੀਲਿੰਗ ਕਿਵੇਂ ਦੀ ਆ? ਖੈਰ ਵੀਰੇ, ਐਕਸਪੈਕਟ ਕੀਤਾ ਸੀਗਾ ਇੰਡਸਟਰੀ? ਅਮੇਜ਼ਿੰਗ, ਮਤਲਬ ਅਸੀਂ ਸਾਰੇ ਹੀ ਛੋਟੇ ਛੋਟੇ ਸ਼ਹਿਰਾਂ 'ਚ ਉੱਠ ਕੇ ਆਏ ਹਾਂ, ਅਤੇ ਪਹਿਲਾਂ ਸਾਰਿਆਂ ਦੇ ਸੁਪਨੇ ਹੁੰਦੇ ਸੀ ਵੀ ਕਦੇ ਕਲਾਕਾਰ ਦੇਖਣ ਨੂੰ ਮਿਲਣਗੇ, ਬਟ ਅੱਜ ਇੰਨੇ ਕਲਾਕਾਰਾਂ ਨਾਲ ਕੰਮ ਕਰਕੇ ਮਤਲਬ ਇਹ ਤਾਂ ਉਹ ਸੁਪਨੇ ਨੇ ਜਿਹੜੇ ਇੰਨੇ ਨਹੀਂ ਸੋਚੇ ਸੀ, ਐਡੇ ਐਡੇ ਹੋ ਨਿਕਲ ਰਹੇ ਨੇ, ਅਤੇ ਉਹਨਾਂ ਦਾ ਰਿਜ਼ਲਟ ਦੇਖ ਕੇ ਹੋਰ ਵੀ ਦਿਲ ਨੂੰ ਬਹੁਤ ਸੈਟਿਸਫੈਕਸ਼ਨ ਮਿਲਦੀ ਆ। ਐਂਡ ਮੈਂ ਜੇ ਤੁਹਾਨੂੰ ਗੱਲ ਕਰਾਂ, ਜਿਹੜੀ ਹੁਣ ਮੈਂ ਕੈਮਰੇ 'ਚ ਗੱਲ ਕਹੀ ਹੈ ਨਾ, ਡਾਇਰੈਕਟ ਤੁਸੀਂ ਬੇਸ਼ੱਕ ਇਹ ਨਹੀਂ ਕੀਤੀ, ਬਟ ਲੋਕ ਚਾਹੁੰਦੇ ਆ ਕਿ ਗਾਣਿਆਂ ਤੋਂ ਬਾਅਦ ਖੈਰਾ ਵੀਰਾ ਫਿਲਮ ਡਾਇਰੈਕਟ ਮੈਂ ਲੱਗਿਆ ਹੋਇਆ, ਮੈਂ ਜਲਦੀ ਕੁਛ ਲੈ ਕੇ ਆਊਂਗਾ ਨਵਾਂ ਤੁਹਾਡੇ ਵਾਸਤੇ, ਸਾਰਿਆਂ ਲਈ ਸਰਪ੍ਰਾਈਜ਼ ਆ। ਤੁਸੀਂ ਆਪਣੀ ਵਾਈਫ ਬਾਰੇ ਡਿਸਕ੍ਰਾਈਬ ਤਾਂ ਨਹੀਂ ਕੀਤਾ ਕਿ ਤੁਸੀਂ ਆਪਣੀ ਵਾਈਫ ਨੂੰ ਇਸ ਯੂ ਨੋ ਰੋਲ 'ਚ ਦੇਖ ਸਕਦੇ ਹੋ, ਬਟ ਬੀਇੰਗ ਅ ਹਸਬੈਂਡ ਕਿੱਦਾਂ ਦੀ ਫੀਲਿੰਗ ਆ? ਬਿਕੋਜ਼ ਇਹ ਬਹੁਤ ਸਪੈਸ਼ਲ ਫੀਲਿੰਗ ਹੁੰਦੀ ਆ। ਆਮ ਆਲਵੇਜ਼ ਪ੍ਰਾਊਡ ਸੀਇੰਗ ਸਰਗੁਣ on the screen, off the screen, as a creator, as a producer, as an actor, in every way. Magar this film is more than that. It's of course Sargun has hit it out of the park as a performer, but Gippy ji, Rupi ji, Nimrat ma'am, and all the actors who are involved, Vikas Vashisht, jinhone direct kari hai picture, Ambar pa ji who's written the film, everybody deserves the credit for being a supportive husband. Kehdi cheez tonu best lagdi hai film ch bhi, jehdi cheez you know sanu waise ta puri film bahut vadhiya hundi aa, but sab to best cheez kehdi lagi rehi? Sabse best cheez aise film kisi ek best cheez se banti nahi, mujhe lagta hai wo har kisi ke small chote bade yogdan se hi banti hai. Everybody has put in their best effort aur baki aap pray kariye, you are the audience. Great. If you like the film, people will love the film. Maine Sargun ne ek sawal pujhe sega interview ch, munde khunde yaar meri vibe bolda riya main match kar pa raha, main kaha Sargun chulel tusi accept kar liya? Odde da assi ik jagah te gaye promotions layi, ਅਤੇ ਉੱਥੇ ਰਵੀ ਭਾਈ ਨੂੰ ਕਿਹਾ ਕਿਸੇ ਨੇ ਚੜੈਲ ਆ ਗਈ, ਕਹਿੰਦੇ ਜੇ ਇਹੋ ਜਿਹੀ ਚੜੈਲ ਆ ਤਾਂ 7 ਜਨਮਾਂ ਲਈ ਮੈਨੂੰ ਇਹ ਚੜੈਲ ਮਨਜ਼ੂਰ ਹੈ। ਐਂਡ ਰੁਮਾਣੇ ਵੀਰੇ, ਇੱਕ ਚੀਜ਼ ਨਾ ਬਹੁਤ ਇਹ ਚੀਜ਼ ਵਧੀਆ ਲੱਗਦੀ ਆ ਕਿ ਜਾਨੀ ਜਿੱਦਾਂ ਦਾ ਵੀਰਾ ਲਿਖਦਾ ਆ, ਹੈ ਨਾ, ਜਿੱਦਾਂ ਦਾ ਮਿਊਜ਼ਿਕ ਕੰਪੋਜ਼ ਵੀ ਹੁਣ ਹੈ ਨਾ ਕਰਦਾ ਆ ਜਾਨੀ ਵੀਰਾ, ਐਂਡ ਸਭ ਤੋਂ ਵੱਡੀ ਚੀਜ਼ ਰਾਈਟਰ ਵਾਸਤੇ ਇਹ ਹੁੰਦੀ ਹੈ ਕਿ ਉਹ ਪੈਸੇ ਲਾਵੇ ਕਿਸੇ ਫਿਲਮ 'ਤੇ, ਹੈ ਨਾ, ਐਂਡ ਬੀਇੰਗ ਅ ਟੀਮ ਮੈਂਬਰ, ਕਿਉਂਕਿ ਤੁਹਾਨੂੰ ਪਰਸਨਲ ਤੌਰ 'ਤੇ ਬੜੀ ਸਪੋਰਟ ਰਹੀ ਹੈ ਜਾਨੀ ਦੀ ਐਂਡ ਅਰਵਿੰਦਰ ਖਹਿਰੇ ਦੀ, ਪ੍ਰੈਕੀ ਭਾਈ ਦੀ, ਇਹ ਜਿਹੜੀ ਸਪੋਰਟ ਹੈਗੀ ਆ ਸਿਸਟਮ, ਜਾਨੀ ਵੀਰੇ ਬਾਰੇ ਤੁਸੀਂ ਕੀ ਫੀਲ ਕਰਦੇ ਹੋ? ਵੀਰੇ ਜਾਨੀ ਵੀਰਾ ਇੰਨੇ ਕੁ ਜ਼ਿਆਦਾ ਸਪੋਰਟਿਵ ਨੇ, ਇਹ ਨਹੀਂ ਕਿ ਇਕੱਲੇ ਮੇਰੇ ਲਈ ਆ, ਹੈ ਨਾ, ਚਲੋ ਮੈਂ ਤਾਂ ਮਤਲਬ ਪਰਦੇ ਦੇ ਅੱਗੇ ਆਉਣ ਵਾਲਾ ਬੰਦਾ, ਸਾਡੀ ਜਿਹੜੀ ਬੈਕਗਰਾਊਂਡ ਦੀ ਟੀਮ ਵੀ ਹੈ, ਲਾਈਕ ਹੋਰ ਸਾਡੀ ਟੀਮ ਦੇ ਜਿੰਨੇ ਬੰਦੇ ਨੇ, ਉਹ ਹਰ ਬੰਦੇ ਲਈ ਇੰਨੇ ਸਪੋਰਟਿਵ ਨੇ, ਹੈ ਨਾ, ਮਤਲਬ ਅਸੀਂ ਲੱਕੀ ਫੀਲ ਕਰਦੇ ਹਾਂ ਕਦੇ ਕਦੇ ਕਿ ਜਾਨੀ ਵੀਰਾ ਸਾਨੂੰ ਮਤਲਬ, ਹੈ ਨਾ, ਐਜ਼ ਅ ਮੈਂਟਰ, ਐਜ਼ ਅ ਵੱਡਾ ਭਰਾ ਮਿਲਿਆ ਹੈਗਾ, ਮਤਲਬ ਹੀ ਇਜ਼ ਅ ਰੀਅਲੀ ਗੁੱਡ ਹਿਊਮਨ ਬੀ। ਨਹੀਂ ਵੀਰੇ, ਵੀਰੇ ਬਸ ਹੁਣ ਸ਼ੂਟ ਪਲਾਨ ਕੀਤਾ ਹੋਇਆਗਾ, ਠੀਕ ਹੈ, ਹੁਣ ਮੈਨੂੰ ਮੇਰੇ ਤੋਂ ਸਾਰਿਆਂ ਨੂੰ ਨਾ ਆ ਜ਼ਿਆਦਾ ਸ਼ਿਕਾਇਤ ਹੈ ਕਿ ਵੀਰੇ ਤੁਸੀਂ ਕੰਸਿਸਟੈਂਟ ਹੀ ਨਹੀਂ ਹੈਗੇ, 6-6 ਮਹੀਨੇ 8-8 ਮਹੀਨੇ ਗਾਣੇ, ਮਿਹਰਬਾਨੀ ਤੋਂ ਬਾਅਦ ਕਿਆ ਹੋਤਾ ਹੈ ਨਾ, ਉਹ ਗਾਣਾ ਆ ਗਿਆ, ਉਸ ਤੋਂ ਬਾਅਦ ਥੋੜ੍ਹਾ ਜਿਹਾ ਕਿਤੇ ਪੋਜ਼ ਰਹਿ ਗਿਆ, ਪਰ ਤੁਹਾਡੀ ਫੈਨ ਫੋਲੋਇੰਗ ਲਾਈਕ ਉਸ ਲੈਵਲ ਦੀ ਬਣਨ ਲੱਗ ਗਈ। ਯੈਸ ਯੈਸ ਵੀਰੇ, ਨਹੀਂ ਹੁਣ ਮੈਂ ਮਤਲਬ ਹੁਣ ਕੰਸਿਸਟੈਂਟ
ਰਹਿਣਾ। 7 ਟਰੈਕਸ ਬਣਾਏ ਹੋਏ ਨੇ ਤੇ ਅਸੀਂ ਬਸ ਹੁਣ ਕਰਦੇ ਠਾ ਠਾ ਰਿਲੀਜ਼ ਹੀ ਕਰਨਾ ਕੰਮ। ਗਾਣਿਆਂ ਦੇ ਰੌਣਕ ਲਾਵਾਂਗੇ। ਬਿਲਕੁਲ ਬਿਲਕੁਲ ਧੰਨਵਾਦ। ਥੈਂਕ ਯੂ।